ਹੁਣ ਕਿਵੇਂ ਲੱਗ ਰਿਹਾ ਘਰ ਆ ਕੇ ਫਿਰ ਮੈਂ ਕਹਿੰਦਾ ਤੁਸੀਂ ਜੰਨਤ ਚ ਲੈ ਆਓ ਇਹ ਮੇਰੀ ਜੰਨਤ ਹੈ ਮੇਰੇ ਕੋਲ ਬਸ ਇੰਨਾ ਤਾਂ ਮੱਥਾ ਟੇਕਾਵਾਂ ਬਾਕੀ ਹੋਰ ਕੋਈ ਇਸ ਜਗ੍ਹਾ ਦਾ ਧਰਮਸਾਲ ਸੀ ਜੀ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ ਮੈਂ ਸੰਤਾਲੀ ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ ਇਹ ਪੰਜੇ ਸਜਦੇ ਵਾਲੀ ਜਗ੍ਹਾ ਇੱਥੇ ਤੇ ਬਾਬਾ ਗੁਰਮੁਖ ਸਿੰਘ ਹੁੰਦੇ ਸਨ ਧਰਮਸ਼ਾਲ ਦੇ ਇੰਚਾਰਜ ਕਰਨੀ ਵਾਲੇ ਬਾਬੇ ਸਨ ਉਹ ਉਹ ਅਰਦਾਸ ਕੀਤਾ ਕਰਦੇ ਸਨ ਜਾ ਸਿੱਖਾਂ ਤੇ ਅਰਬ ਤੇ ਖਰਬ ਵਰਤਾ ਹੈ ਤੁਹਾਡਾ ਪਿੰਡ ਆ ਵਾ ਬਦਰ ਪਾਉਣ ਇਹ ਪਿੰਡ ਬਦਰ ਪਾਉਣ ਤੇ ਕਿੰਨੀ ਦੇਰ ਬਾਅਦ ਆਏ ਜੇ 75 ਸਾਲਾਂ ਬਾਅਦ ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ ਤਾਂ ਗੱਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਪੱਕਾ ਸੀ ਪਹਿਲਾਂ ਸੀ ਹਾਂ ਲੰਬਾ ਕਮਰਾ ਸੀ ਉਹ ਬੈਠਕ ਸੀ ਕਹਿੰਦੇ ਸੀ ਉਹ ਕਿਹੜੀ ਜਗ੍ਹਾ ਸੀ ਉਹਦੇ 'ਚ ਪੇਟੀ ਪਈ ਸੀ ਲੋਹੇ ਦੀ ਹਾਂ ਬਿਲਕੁਲ ਲੋਹੇ ਦੀ ਪੇਟੀ ਹੈਗੀ ਸੀ ਜਿਹਦੇ 'ਚ ਸੁਨਾਰੇ ਰੱਖਦੇ ਨੇ ਗਹਿਣੇ ਪੇਟੀ 'ਚ ਕੀ ਸੀ ਉਹਦੇ 'ਚ ਪੈਸੇ ਰੱਖਦੇ ਸਨ ਟੁੰਬਾਂ ਹੁੰਦੀਆਂ ਸਨ ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਅਤੇ ਅਸੀਂ ਸਕੂਲ ਜਾਂਦੇ ਹਾਂ ਨਾ ਉੱਥੋਂ ਸਜਦਾ ਕਰਕੇ ਨਿਕਲਦੇ ਸੀ ਹੁੰਦਾ ਕੀ ਸੀ ਵੀ ਘਰ 'ਚ ਸਿਖਾਇਆ ਜਾਂਦਾ ਸੀ ਮੰਦਰ ਮਸਜਿਦ ਗੁਰਦੁਆਰਾ ਜਿੱਥੋਂ ਨਿਕਲੋ ਸਜਦਾ ਕਰਕੇ ਨਿਕਲੇ ਕਰੋ ਐਵੇਂ ਨਾ ਸਿੱਧੇ ਟੁਰ ਨਮਸਕਾਰ ਕਰਾਂ ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ ਮੈਂ ਇਸ ਕਮਰੇ 'ਚ ਜਿਹੜਾ ਸਾਹਮਣੇ ਨਾ ਮੇਰਾ ਪਲੰਗ ਸੌਣ ਵਾਲਾ ਇਸ ਕਮਰੇ 'ਚ ਹੁੰਦਾ ਸੀ ਰੰਗਲਾ ਪਲੰਗ ਜਿੱਥੇ ਖੇਡਦੇ ਰਹੇ ਉੱਥੇ ਫਿਰ ਆ ਗਏ ਖੇਡਦੇ ਨੇ ਛਲਾਂਗਾ ਮਾਰ ਫੁੱਟੀਆਂ ਆਉਂਦੀਆਂ ਸਾਡੇ ਬਹੁਤ ਫੁੱਟੀਆਂ ਇੱਥੇ ਵਿਹੜੇ ਪਈਆਂ ਅਤੇ ਛੱਤ ਤੋਂ ਛਲਾਂਗਾ ਮਾਰਦੇ ਸੀ ਫੁੱਟੀਆਂ ਉੱਤੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ ਸਾਡੇ ਪਿੰਡ ਦੀ ਸੰਤੀ ਵਰਗਾ ਮੇਲਾ ਸੂਟੀਏ ਨਾਇਤਾਂ ਪਾਇਆ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਵਾਸ ਕਿਉਂ ਹੈ ਇਹ ਬਦਰ ਬੋਨ ਦੇ ਵਿੱਚ ਹੈ ਇੱਥੋਂ ਕਿਲੋਮੀਟਰ ਦੂਰ ਨਾਲ ਇੱਕ ਕਿਲੋਮੀਟਰ ਦੂਰ ਪੂਲਿਆਂ ਦੀ ਨਾਲ ਲੱਗਦਾ ਨਾਲ ਹੀ ਬੂੜ ਬੂੜ ਜਨਾਬ ਮੈਨੂੰ ਆਖੀ ਦਾ ਹਰ ਚੀਜ਼ ਯਾਦ ਹੈ ਰਾਵੀ ਪਾਰ ਲਿਵਾਸ ਕਿਉਂ ਅਸਲਾਮ ਅਲੈਕੁਮ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਠੀਕ ਹੋਵੋਗੇ ਅਸੀਂ ਜਾ ਰਹੇ ਹਾਂ ਜੀ ਬੱਦਰ ਪੌਣ ਸਰਗੋਧੇ ਸਰਬਜੀਤ ਅਰੋੜਾ ਸਾਹਿਬ ਸਾਡੇ ਦੋਸਤ ਉਹਨਾਂ ਦੇ ਵਾਲਾ ਸਾਹਿਬ ਆਏ ਸਰ ਪਹਿਲੀ ਵੀਡੀਓ ਤੁਸੀਂ ਵੇਖੀ ਹੋਏਗੀ ਇਹਦਾ ਦੂਜਾ ਪਾਰਟ ਬਣਾਉਣ ਵਾਸਤੇ ਉਹਨਾਂ ਦੇ ਪਿੰਡ ਜਾ ਰਹੇ ਉਹਨਾਂ ਦੇ ਸਕੂਲ ਤੋਂ ਉਹਨਾਂ ਦੇ ਪਿੰਡ ਵੱਲ ਨੂੰ ਜਾ ਰਹੇ ਇਸ ਤੋਂ ਬਾਅਦ ਸਾਡਾ ਤੀਜਾ ਪਾਰਟ ਵੀ ਆਏਗਾ ਉਹ ਉਹਨਾਂ ਦੀ ਜਿੱਥੇ ਦੁਕਾਨ ਹੁੰਦੀ ਸੀ ਮੰਡੀ ਦੇ ਵਿੱਚ ਉੱਥੇ ਸ਼ਹਿਰ ਦੇ ਵਿੱਚ ਵੀ ਇੱਕ ਘਰ ਸੀ ਉਹ ਵੀ ਤੁਸੀਂ ਵੇਖੋਗੇ ਸੋ ਅਸੀਂ ਹੁਣ ਬਦਰ ਪਾਉਣ ਜਾ ਰਹੇ ਹਾਂ ਉਹਨਾਂ ਦੇ ਪਿੰਡ ਇਹਨਾਂ ਦੇ ਸਕੂਲ ਮੈਟੇ ਸਕੂਲ ਤੋਂ ਬਾਅਦ ਉਹਨਾਂ ਦੇ ਪਿੰਡ ਬਦਰ ਪਾਉਣ ਸਰਗੋਧਾ ਸਿੱਲਾਂਵਾਲੀ ਦੇ ਬਿਲਕੁਲ ਲਾਗੇ ਪੈਂਦਾ ਸੋ ਲੈ ਕੇ ਚੱਲਦੇ ਹਾਂ ਤੁਹਾਨੂੰ ਬਦਰ ਪਾਉਣ ਵੀਡੀਓ ਮਜ਼ੇਦਾਰ ਹੋਣ ਵਾਲੀ ਜ਼ਰੂਰ ਦੇਖੋ ਬਜ਼ੁਰਗੋ ਮੈਂ ਕਿਹਾ ਸਕੂਲ ਲਿਆ ਵੇਖ ਤੇ ਹੁਣ ਜਾਂਦੇ ਪਏ ਆਪਾਂ ਪਿੰਡ ਜੀ 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 ਤੇ ਜ਼ਿਹਨ 'ਚ ਆਉਂਦਾ ਨਕਸ਼ਾ ਜਿਹਾ ਘੱਟੇ ਵਾਲਾ ਰੋਡ ਆ ਜਿਹੜਾ ਬਣਿਆ ਹੁਣ ਤਾਂ ਬਣ ਗਿਆ ਹੁਣ ਤਾਂ ਬੱਲੇ ਬੱਲੇ ਇਹ ਘੱਟੇ ਤਾਂ ਨਜ਼ਰ ਨਹੀਂ ਆਉਂਦਾ ਪਿਆ ਕਿਧਰੇ ਮੈਂ ਇਸ ਸੜਕ ਰੋਡ ਤੋਂ ਲਾਰੀ ਚੱਲਦੀ ਹੋਈ ਵੇਖੀ ਬੋਲੀ ਮਥੋਟਾ ਬਦਲ ਭੌਂ ਅਸੀਂ ਵਿੱਚੋਂ ਕੱਚੇ ਕੱਚੇ ਰਸਤੇ ਆਉਂਦੇ ਸੀ ਤਾਂ ਲੰਬਾ ਰਸਤਾ ਹੋਏਗਾ ਅਸੀਂ ਸੜਕ ਬਣ ਗਈ ਉੱਥੋਂ
ਖੱਬੇ ਪਾਸ ਦੁਕਾਨ ਖੜੀ ਹੈ ਜੀ ਖੱਬੇ ਪਾਸੇ ਸਾਹਮਣੇ ਵਾਲੀ ਦੁਕਾਨ ਨਹੀਂ ਜੀ ਹਾਂ ਜੀ ਜੀ ਇਹ ਸਾਰਾ ਭੋਣ ਇੱਥੇ ਡੇਰੇ ਆ ਨੇ ਇੱਥੇ ਬਜ਼ੁਰਗ ਸੈਨੇ ਨੂੰ ਆਪਣਾ ਤੁਹਾਡੇ ਰਕਬੇ ਸ਼ਰਤ ਜਾਇਆ ਨਾ ਜਿਹੜਾ ਪਰਲਾ ਸਰਾਤ ਨਹੀਂ ਕਲੇ ਜੀ ਜੀ ਇੱਥੇ ਜੀ ਇਹ ਉਹ ਭੋਣ ਦੇ ਚਾਹੁੰਦੇ ਜੀ ਜੀ ਭੋਣ ਹੈ ਉਹ ਭੋਣ ਦੇ ਵਿੱਚ ਇਹ ਹੁਣ ਤੁਹਾਨੂੰ ਵਿਜ਼ਿਟ ਕਰਾਇਆ ਨੇ ਭੋਣ ਇਹ ਸਾਰਾ ਰਕਬਾ ਇੱਥੇ ਦੱਸਦੇ ਨੇ ਬਜ਼ੁਰਗ ਜਿਹੜੇ ਤੁਹਾਡੇ ਬਜ਼ੁਰਗਾਂ ਦੇ ਇੱਥੇ ਉਹ ਸਲਵਾਈ ਸ਼ਾਹੀ ਹੁੰਦੇ ਪਰ ਖੂਹ ਹੈ ਖੂਹ ਹੈ ਦੇਖੋ ਜੀ ਮੈਂ ਸਾਰੀ ਚੀਜ਼ਾਂ ਪਾ ਲਈਆਂ ਬਦਰ ਭੋਣ ਇਹ ਬਦਰ ਭੋਣ ਦੇ ਵਿੱਚ ਹੈ ਇੱਥੋਂ ਕਿਲੋਮੀਟਰ ਦੂਰ ਨਾਲ 1 ਕਿਲੋਮੀਟਰ ਦੂਰ ਪੁਲਿਆਂ ਦੇ ਨਾਲ ਲੱਗਦਾ ਨਾਲ ਹੀ ਬੂੜ ਬਿਲਕੁਲ ਜਨਾਬ ਮੈਨੂੰ ਆਖੀ ਦਾ ਹਰ ਚੀਜ਼ ਯਾਦ ਹੈ ਬੂੜਾ ਬੂੜਾ ਲਧਿਆ ਲਿਆ ਦੇ ਮੇਰੇ ਨਾਨਕੇ ਸਨ ਇੱਥੇ ਮੇਰੀ ਮਾਸੀ ਦਾ ਘਰ ਸੀ ਹੁਣ ਆਪ ਤੁਹਾਡਾ ਪਿੰਡ ਆ ਵਾ ਬਦਰ ਭੋਣ ਇਹ ਪਿੰਡ ਬਦਰ ਭੋਣ ਤੇ ਕਿੰਨੀ ਦੇਰ ਬਾਅਦ ਆਏ ਜੀ 75 ਸਾਲਾਂ ਬਾਅਦ ਅੱਛਾ ਤੇ ਪੂਰਾ ਯਾਦ ਹੈ ਕਿ ਉਦੋਂ ਕਿਵੇਂ ਦਾ ਸੀ ਪਿੰਡ ਉਦੋਂ ਦਾ ਪਿੰਡ ਤਾਂ ਕੱਚਾ ਸੀ ਹੁਣ ਤਾਂ ਪੱਕੇ ਮਕਾਨ ਹੈਗੇ ਤਕਰੀਬਨ ਇੰਜ ਹੈ ਜੀ ਸਾਰੇ ਪਿੰਡ ਤਕਰੀਬਨ ਸਾਰੇ ਕੱਚੇ ਸਨ ਇੱਕ ਸਾਡੀ ਬੈਠੇ ਪੱਕੀ ਹੋਈ ਬੜੀ ਆਉਂਦੀਆਂ ਸਾਨੂੰ ਉਸ ਲਈ ਕਿਵੇਂ ਐਕਸਾਈਟਡ ਹੋਣ ਪਹਿਲੇ ਐਕਸਾਈਟਡ ਸੀ ਜੀ ਐਕਸਾਈਟਡ ਹੈਗਾ ਸੀ ਇੰਨੀ ਵੱਡੀ ਧਰਮਸ਼ਾਲਾ ਹੈਗੀ ਸੀ ਇਸ ਪਿੰਡ ਦੇ ਅੰਦਰ ਬਾਕੀ ਹਾਂ ਧਰਮਸ਼ਾਲ ਵੀ ਉਹਦੇ ਵੱਡਾ ਵੱਡਾ ਕੋਈ ਖੂਹ ਸੀ ਅਜੇ ਖੂਹ ਜਿਹੜਾ ਇੱਥੇ ਸੀ ਬੁਣਿਆ ਨਾਲ ਖੂਹ ਸੀ ਬੁਣ ਜੇ ਕੋਈ ਖੂਹ ਸੀ ਮੇਰੇ ਖਿਆਲ ਜਿੱਥੇ ਮਨ ਧਿਆਨ ਇੱਕ ਸਾਡਾ ਹੀ ਖੂਹ ਸੀ ਜਿਹੜਾ ਹਵੇਲੀ ਨੱਥੋ ਕਿਹਾ ਬਾਪੂ ਦਾ ਪਗਵੜ ਬਰਾਜ ਪਿੰਡ ਚ ਰਹਿੰਦਾ ਹਵੇਲੀ ਨੱਥੋ ਮੇਰਾ ਰਿਸ਼ਤਾ ਹੈ ਹਵੇਲੀ ਨਥੋਕੇ ਨਾਲ ਬਾਪੂ ਦਾ ਪਗਵੜ ਜਿਹੜਾ ਭਰਾ ਸੀ ਹਵੇਲੀ ਨਥੋਕੇ ਚ ਹੈਗਾ ਸੀ ਕੀ ਨਾਂ ਸੀ ਉਹਨਾਂ ਦਾ ਕੀ ਨਾਂ ਸੀ ਉਹਨਾਂ ਦਾ ਮੈਂ ਨਾਂ ਹੁਣ ਅਲੀ ਸ਼ੇਰ ਅਲੀ ਬਖਸ਼ ਅੱਲਾ ਬਖਸ਼ ਅੱਲਾ ਬਖਸ਼ ਉਹਨਾਂ ਦੋ ਬੇਟੇ ਸਨ ਉਹਨਾਂ ਦੇ ਦੋ ਹੈ ਖੁਦਾ ਬਖਸ਼ ਅਹਿਮਦ ਖੁਦਾ ਬਖਸ਼ ਵੱਡਾ ਸੀ ਆ ਗਏ ਖੂਹ ਦਾ ਖਤਮ ਹੋ ਗਿਆ ਕਿੱਥੇ ਸੀ ਖੂਹ ਪਤਾ ਨਹੀਂ ਜੇ ਖੂਹ ਹੋਵੇ ਤਾਂ ਨਜ਼ਰ ਆ ਜ਼ਮੀਨ 'ਤੇ ਤਾਂ ਪਤਾ ਨਹੀਂ ਲੱਗਾ ਇਹ ਫਤ ਮਮਨ ਦਾ ਬੇਟਾ ਜੀ ਅੱਛਾ ਉਹ ਸੁਨਾਜਲ ਹੱਟੀ ਆਈ ਸੀ ਇਹ ਉੱਤੀ ਥਾਂ ਸੀ ਇੱਥੋਂ ਨਿਕਲ ਕੇ ਜਿਹੜਾ ਮੇਟੇ ਸਕੂਲ ਨੂੰ ਰਸਤਾ ਇਹ ਜਾਂਦਾ ਸੀ ਇਹ ਕੱਚਾ ਰਸਤਾ ਪੱਕਾ ਤਾਂ ਹੁਣ ਬਣਿਆ ਨਾ ਅੱਛਾ ਇਹ ਰਸਤਾ ਬੇਟਾ ਇੱਥੇ ਉੱਚੀ ਦੁਕਾਨ ਇੱਕ ਸੁਨਾਜਲ ਨਹੀਂ ਸੀ ਅਤੇ ਇਹ ਬੰਦਾ ਕਰ ਰਿਹਾ ਹੈਗਾ ਸਕੂਲ ਜਾਂਦੇ ਨਾ ਉੱਥੋਂ ਸਜਦਾ ਕਰਕੇ ਨਿਕਲਦੇ ਸੀ ਹੁੰਦਾ ਕੀ ਸੀ ਵੀ ਘਰ 'ਚ ਸਿਖਾਇਆ ਜਾਂਦਾ ਸੀ ਮੰਦਰ ਮਸਜਿਦ ਗੁਰਦੁਆਰਾ ਜਿੱਥੋਂ ਨਿਕਲੋ ਸਜਦਾ ਕਰਕੇ ਨਿਕਲੇ ਕਰੋ ਐਵੇਂ ਨਾ ਸਿੱਧੇ ਟੁਰ ਨਹੀਂ ਅਤੇ ਉਹ ਦਿਮਾਗ 'ਚ ਗੱਲ ਬੈਠੀ ਹੈ ਬਈ ਸਜਦਾ ਉੱਥੇ ਉਸਲੇ ਦੇ ਨਹੀਂ ਤੌਰ 'ਤੇ ਉਸਲੇ ਜੇ ਲਓ ਤੁਹਾਨੂੰ ਹਰ ਸਾਰਾ ਸਕੈਚ ਤੁਹਾਡੇ ਹੈ ਜੀ ਉਹ ਯਾਦ ਆਉਂਦਾ ਜਨਾਬ ਉਹ ਜ਼ਹਿਨੀ ਤੌਰ 'ਤੇ ਬੈਠੇ ਹੈ ਮੰਦਰ ਹੋਵੇ ਮਸਜਿਦ ਹੋਵੇ ਗੁਰਦੁਆਰਾ ਹੋਵੇ ਬਈ ਸਜਦਾ ਕਰੋ ਉੱਥੋਂ ਐਵੇਂ ਭਜੇ ਨਾ ਅੱਛਾ ਇਹ ਕਹਿੰਦੇ ਤੁਹਾਨੂੰ ਬਾਅਦ 'ਚ ਅੱਛਾ ਇਹ ਬੈਠੇ ਉਹ ਬੈਠੇ ਵੀ ਪੱਕੀ ਸੀ ਤੇ ਮਕਾਨ ਗਿਰਾ ਨਵੇਂ ਤਾਮੀਰ ਕੀਤੇ ਅੱਛਾ ਇਹ ਜਿਹੜੇ ਪਹਿਲੇ ਆ ਨਾ ਜੀ ਉਹ ਬੈਠੇ ਹੁਣ ਬੰਦਾ ਉਹਨੂੰ ਪਤਾ ਹੋਇਆ ਵੀ ਕਿਹੜੀ ਪੱਕੀ ਸੀ ਤੇ ਇੱਕੋ ਹੀ ਬੈਠੇ ਮਮਨ ਦਾ ਬੇਟਾ ਆਪਣਾ ਤੇਰਾ ਅੱਛਾ ਇਹ ਹੀ ਘਰ ਠੀਕ ਹੈ ਤੇ ਫਿਰ ਮਸਜਿਦ ਮਸੀਤ ਹੀ ਹੋਈ ਹੋਣੀ ਜਿਹੜੀ ਹੁਣ ਉੱਨੀ ਫਿਰ ਮਸੀਤ ਵੀ ਆਈ ਹੈ ਕਿਉਂਕਿ ਹੋਰ ਤਾਂ ਕੋਈ ਇਹ ਘਰ ਹੈ ਜੀ ਤੇ ਧਰਮਸ਼ਾਲ ਦਾ ਰਸਤਾ ਵੀ ਇੱਧਰ ਹੀ ਸੀ ਧਰਮਸ਼ਾਲ ਕਿਹੜਾ ਪਾ ਇੱਧਰ ਉਹ ਗਲੀ ਇੱਧਰੋਂ ਜਾਂਦੀ ਹੈ ਅੱਛਾ ਇੱਧਰ ਹੀ ਦੋ ਸਾਡੀਆਂ ਹਵੇਲੀਆਂ ਸਨ ਇੱਕ ਰਸਤੇ ਧਰਮਸ਼ਾਲ ਤੋਂ ਪਹਿਲੇ ਇੱਕ ਧਰਮਸ਼ਾਲ ਦੇ ਬਿਲਕੁਲ ਨੇੜੇ ਸੀ ਵਾਲੇਕੁਮ ਸਲਾਮ ਮੈਂ ਆਪਣੀ ਜਾਇ ਪੈਦਾਇਸ਼ ਵੇਖਣ ਆਇਆ ਤੁਹਾਨੂੰ ਕੋਈ ਸਮਾਲਾ ਹੈ ਇਹਦੇ 'ਚ ਇੱਕ ਕਮਰਾ
छोटा कमरा सी लंबा कमरा थोड़ा घट लंबाई बहुत सी। पेटी पी सी लोहे की लोहे की पेटी हैगी सुनारे रखते गहने पेटी चली गई है कबाड़ रखते तो यार विखा पेटिया जो नहीं हो जो इतने कमरा लंबा जाए पैसे रखते सन टुंबा होंगे सन दरवाजे बढ़ते खब्बे हाथ वो पेटी पई होंगी सी तो मैं चंगा अपने बचपन संभाला है भाई ये रुपये रखते रुपये रखते ते ए, ते ए, मैं इस कमरे जो सामने ना मेरा पलंग सौन वाला इस कमरे च होगा रंगला पलंग तो मेरा जड़ी वालद साहब इतने सौंदे सन नाल हवेली सी माल डंगर थोड़े वालद साहब मेरे वालद साहब तो मेरी माँ मानू इतने लैके सौंदे रहे कमरे च तो इतने ही मेरा पालन पोषण हुआ इन्हें कमरे कोई नहीं कहता कुछ भी नहीं कहता ये कमरा वड्डे दा छोटा करता हूं जी छोटा कर अच्छा पहले तो वड्डा हुंदा सी ये बैक साइड ते दो कमरे सन एक बैठक सी एक ये कमरा सी अच्छा ये ओथे वॉशरूम बनाया ता इथे बैठक गुण बनाया ता अच्छा ते दे अगू लंबा कमरा सी ना हां ये लंबा ते केदर कमरा सी ऊपरा लंबा कमरा जी बिल्कुल तो ओ मैडम देखो आदाब जिथे खेडते रहे उ आ गए खेल खेडते रहे छलांगा मार फुटियां आनी सन बहुत एक खब्बे पासे एक कमरा सी जेदे च मुंजी तान खुले पैर रेंदे सन क्योंकि बोरियां बोरियां होंदियां नहीं सन वो लियाने उठा ते आने ते अंदर सुट देने फुटियां इत्थे वेड़े पईआं ते छत तो छलांगा मारदे सी फुटियां उत्ते कुदरत ने बनाया इंसान ने लकीर खिंच दित्तियां उठ के उठ के तकलीफ तो हर किसी वेखी लेकिन हुण तो लोड़ है प्यार मोहब्बत है ना वो कितने है वो आज इस पास एक घोड़िया का कमरा आता सी इधर माल डंगर वास्ते सब बनाया सी हां इधर भी आया सी हां ओदे पीछे बहुत बड़ा सारा एक घोड़िया का खेत है कोई घोड़िया ना सी ने फिर माल डंगर बंद दे रहा माल डंगर दे पीछे हवेली दो सन ये खुली है हवेली सी हां एक हवेली सी अच्छा रास्ता बाहर के पासो सी अंदर नहीं सीगा पर लो पर मैं वो रस्ता भी खाई पिरा याद 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 हो गया घर लग गया घर लग गया घर बंदे उस वधिया लभने यार घर नहीं मैनू बंदे जड़े प्यार मिलता पे इस कमरे जे ਤੁਹਾਡੀ मैं जमया इत्थे सी ते मैं इत्थे ना ये हुंदा की सी भाई साहब कि फुट्टियां बहुत आंदियां सी उस वेले मैं फुटियां दे रुते जमया सी मैं दादे कपां बहुत होंदियां ते आंदी भी बहुत सन बाहर दूजी जगह तो इतने वो कंडा अंदर ही लगा हुआ सी तो तोलन वाले भी घरे आते सी वो उन्होंने कपाह के भर के ना बोरे वो बोरे भर के वो रख देते सन असी सारे बच्चे छत्तन तो छलांगा कच्ची छलांग थले छलांगा मार इको एक खेड होंदी सी घर दे विच ही वड्डी खेड ही होंदी सी फुटियां ते छलांगा मारनियां फुटियां ते छाला मारनियां जो फुटियां छाला मारनियां ते हुण तुसीं देखो ਹੁਣ ਕਿਵੇਂ ਲੱਗ ਰਿਹਾ ਘਰ ਆ ਕੇ ਫਿਰ ਮੈਂ ਕਹਿੰਦਾ ਤੁਸੀਂ ਜੰਨਤ ਚ ਲਾਏ ਹੋ ਇਹ ਮੇਰੀ ਜੰਨਤ ਹੈ ਹਾਂ ਇਹ ਮੇਰੀ ਜੰਨਤ ਹੈ ਵਾਹ ਜੀ ਵਾਹ ਸਾਡੇ ਖੂਨ ਰਸਤੇ ਪੁਰਾਣਾ ਸੀ ਵੇਖਿਆ ਤੁਸੀਂ ਆਏ ਉਹ ਖੂਨ ਕਿਹੜੇ ਪਾਸੇ ਇਸ ਰਸਤੇ ਜਾਂਦੇ ਅਤੇ ਮਸੀਤ ਇਸ ਪਾਸੇ ਰਹਿੰਦੀ ਅਤੇ ਧਰਮਸ਼ਾਲੀ ਇੱਧਰ ਮੇਰੇ ਕੋਲ ਬਸ ਇੰਨਾ ਤਾਂ ਮੱਥਾ ਟੇਕਾ ਵਾਂ ਬਾਕੀ ਹੋਰ ਕੋਈ ਜਗ੍ਹਾ ਨਹੀਂ ਹੈ ਪਰ
ਲੋਕਾਂ ਨੇ ਯਾਨੀ ਕਿ ਆਪਣੀ ਆਪਣੀ ਜਗ੍ਹਾ ਜ਼ਮੀਨ ਖਾਲੀ ਕਰ ਦਿੱਤੇ ਅਤੇ ਸੀਟਾਂ ਵਗੈਰਾ ਯਾਨੀ ਪੁੱਟ ਕੇ ਬਸ ਲੈ ਗਏ ਲੋਕ। ਹਾਂਜੀ ਫਿਰ ਧਰਮਸ਼ਾਲਾ 'ਤੇ ਪਹੁੰਚ ਗਏ ਆਪ? ਧਰਮਸ਼ਾਲਾ ਦੇ ਇਹ ਪੰਜੇ ਸਜਦੇ ਵਾਲੀ ਜਗ੍ਹਾ ਇੱਥੇ ਤੇ ਬਾਬਾ ਗੁਰਮੁਖ ਸਿੰਘ ਹੁੰਦੇ ਸਨ ਧਰਮਸ਼ਾਲਾ ਦੇ ਇੰਚਾਰਜ। ਉਹ ਮੇਰੇ ਸਮਾਜ ਦੇ ਮੇਰੇ ਬਾਪੂ ਜੀ ਦੇ ਸਮਾਜ ਦੇ ਮੇਰੇ ਦਾਦੇ ਭਾਈ ਹਰੀ ਸਿੰਘ ਬਾਬਾ ਗੁਰਮੁਖ ਸਿੰਘ ਸਨ। ਬੜੇ ਕਰਨੀ ਵਾਲੇ ਬਾਬੇ ਸਨ ਉਹ। ਉਹ ਅਰਦਾਸ ਕੀਤਾ ਕਰਦੇ ਸਨ ਜਾ ਸਿੱਖਾਂ ਤੇਰਾ ਅਰਬ ਅਤੇ ਖਰਬ ਭਰਤਾ ਹੈ। ਉਹਨਾਂ ਨੂੰ ਸਾਨੂੰ ਇਸ ਜਗ੍ਹਾ ਤੋਂ ਅਸੀਸ ਮਿਲੀ ਹੋਈ ਹੈ ਅਤੇ ਉਸ ਸ਼ਾਇਦ ਇਸ ਦੇ ਸਦਕੇ ਹੀ ਸਾਡੇ ਮੇਰੇ ਡੰਗ ਪਰਿਵਾਰ 'ਚ ਮੇਰੇ ਸਾਰੇ ਭਤੀਜੇ ਭਰਾ ਬੱਚੇ ਅੱਗੋਂ ਸਾਰੇ ਪੜ੍ਹ ਲਿਖ ਕੇ ਕੋਈ ਡਾਕਟਰ ਕੋਈ ਚਾਰਟਰਡ ਅਕਾਊਂਟੈਂਟ ਕੋਈ ਇੰਜੀਨੀਅਰ ਸਾਰੇ ਪੜ੍ਹ ਲਿਖ ਕੇ ਅੱਗੇ ਤੱਕ ਪਹੁੰਚ ਗਏ। ਇਸ ਜਗ੍ਹਾ ਦਾ ਸਦਕਾ ਅਤੇ ਅਸੀਸਾਂ ਦਾ ਸਦਕਾ ਹੀ ਹੈ। ਇੱਕ ਖਜੀਆਂ ਉੱਧਰ ਲੱਭਣੀਆਂ ਨਹੀਂ, ਉਹ ਖਜੀਆਂ ਤਾਂ ਖਤਮ ਹੋ ਗਈਆਂ ਭਰਾਵਾ। ਉਹ ਖਜੀਆਂ ਖੜੀਆਂ ਥੋੜ੍ਹੇ ਅੱਗੇ ਗਏ ਡੋਕਿਆਂ ਦੀ ਖਜੀਆਂ ਫੋਟੋ ਖਿੱਚ ਲਿਆ ਅਤੇ ਮੈਂ ਕਹਿ ਸਕਾਂ ਮੈਂ ਆਪਣੇ ਕਜ਼ਨ ਨੂੰ ਵੇਖਾਂ ਮੈਂ ਡੋਕਿਆਂ ਦੀ ਫੋਟੋ ਲੈ ਆਇਆ। ਇੱਕ ਹਵੇਲੀ ਇੱਧਰ ਸੀ ਧਰਮਸਾਲ ਦੇ ਨਾਲ, ਵਾਲਾ ਸਾਹਿਬ ਦੱਸਦੇ ਸਨ ਕਿਹਾ ਸੀ ਇੱਥੇ ਹੁਣ ਲੋਕਾਂ ਨੇ ਆਪਣੇ ਮਕਾਨ ਵਗੈਰਾ ਬਣਾ ਲਿਆ। ਇੱਕ ਮਸਜਿਦ ਦੇ ਕੋਲ ਨਾ ਮੈਂ ਸਜਦਾ ਕਰ ਰਿਹਾ ਉੱਥੇ, ਉਹ ਮੈਨੂੰ ਸਾਰੀ ਉਮਰ ਰਹੇਗਾ ਕਿ ਬਈ ਮੈਂ ਇੱਥੇ ਸਜਦੇ ਕਰਕੇ ਸਕੂਲ ਨਿਕਲਦਾ ਰਿਹਾ। ਆਦਾਬ ਜਨਾਬ, ਆਦਾਬ, ਸਲਾਮ ਅਲੈਕੁਮ। ਵਾਲੇਕੁਮ ਸਲਾਮ। ਇਹ ਛੋਟਾ ਬੂਹਾ ਕੱਚਾ ਇੱਕ ਬੂਹਾ ਹੁੰਦਾ ਸੀ, ਇਹ ਕੱਚਾ ਬੂਹਾ ਇਹ ਸੀ ਨਾ। ਉਹ ਇਹ ਇੰਨੀ ਵੱਡੀ ਐਕਸਟੈਂਸ਼ਨ ਉਸ ਵੇਲੇ ਨਹੀਂ ਸੀ। ਇੱਥੇ ਮਸੀਤ ਜਿਹੜੀ ਸੀ ਛੋਟੀ ਸੀ ਇਹ ਇੱਥੋਂ ਨਾ, ਇਹ ਇੱਥੋਂ ਅਤੇ ਇਹ ਬੂਹਾ ਇਹ ਛੋਟਾ ਹੀ ਸੀ ਨਾ ਇੱਥੇ। ਤਾਂ ਮੈਂ ਜਗ੍ਹਾ ਤੇ ਨਮਸਕਾਰ ਕਰਾਂ ਸੱਚੇ ਪਾਤਸ਼ਾਹ। ਸਾਨੂੰ ਘਰੋਂ ਨਿਕਲਦਿਆਂ ਕਹਿੰਦਾ ਸੀ ਬਈ ਸਕੂਲ ਪੜ੍ਹਨ ਜਾ ਰਹੇ ਹਾਂ ਅਤੇ ਗੁਰਦੁਆਰੇ ਧਰਮਸਰ ਸਜਦਾ ਕਰਕੇ ਕਿਆ ਕਰੋ, ਅੱਗੋਂ ਨਿਕਲੋ ਤਾਂ ਜਿੱਥੇ ਵੀ ਦੀਨ ਵਾਲੀ ਜਗ੍ਹਾ ਹੋਵੇ ਉੱਥੇ ਸਜਦੇ ਕੀਤੇ ਕਰੋ, ਐਵੇਂ ਅੱਗੋਂ ਨਾ ਨਿਕਲ ਜਾਇਆ ਕਰੋ। ਅਤੇ ਇਹ ਮਸਜਿਦ ਘਰੋਂ ਨਿਕਲਦੇ ਸੀ ਅਤੇ ਬੇਟੇ ਸਕੂਲ ਜਾਣ ਵਾਸਤੇ ਇਹੀ ਰਸਤਾ ਹੈ, ਇੱਥੋਂ ਵੀ ਕੱਚੇ ਘੱਟੇ ਵਾਲੇ। ਇਸ ਮਿੱਟੀ ਦੀ ਸੁਗੰਧ, ਇਸ ਮਿੱਟੀ ਦਾ ਬੰਦਾ ਲੈ ਕੇ ਆ ਗਿਆ ਸਿਰਫ ਥੋੜ੍ਹਾ ਜ਼ਿਆਦਾ ਤਬਰਕ ਤਾਂ ਇਸ ਹਲੀ ਤਬਰਕ ਨਾਲ ਮੈਂ ਥੋੜ੍ਹੀ ਜਿਹੀ ਖਾ ਲੈਸਾਂ ਰੱਖ ਲੈਸਾਂ ਕੋਲ। ਅੱਛਾ ਫਿਰ ਤਾਂ ਮੈਂ ਤੇਰੇ ਰਲ ਕੇ ਲੈ ਲੈਂਦੇ ਹਾਂ ਮੇਰੇ ਨਾਲ ਨੇ ਨਾਸਰ ਸਾਹਿਬ। ਚਲੋ ਇਹਨਾਂ ਪਿਆਰ ਨਾਲ ਦਿੱਤੀ ਬਾਈ ਸ਼ਾਬਦ ਨੇ, ਜਿੱਦੇ ਰਹਿਣ ਖੁਸ਼ ਰਹਿ, ਇੰਨਾ ਵੱਡਾ ਪਿਆਰ ਉਸ ਜਗ੍ਹਾ 'ਤੇ ਆ ਕੇ ਯਾਦ ਰੱਖਣ ਸਾਡੀਆਂ ਯਾਦਾਂ ਤੁਹਾਡੀਆਂ ਯਾਦਾਂ। ਹਾਂ
ਹੋ ਕੇ ਗੁੱਸੇ।